ਸਤਿ ਸ਼੍ਰੀ ਅਕਾਲ ਜੀ, ਚੜ੍ਹਦੀਕਲਾ ਟਾਈਮ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਤੇ ਮੈਂ ਤੁਹਾਡੀ ਆਪਣੀ ਫੇਵਰੇਟ ਹੋਸਟ ਹਰਲੀਨ ਸਾਨੀ। ਇਸ ਪ੍ਰੋਗਰਾਮ ਜ਼ਰੀਏ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਉਹਨਾਂ ਸਿੰਗਰਸ ਦੇ ਨਾਲ ਜਿਹਨੂੰ ਤੁਸੀਂ ਦੇਖ ਚੁੱਕੇ ਹੋ ਅਤੇ ਸੁਣ ਚੁੱਕੇ ਹੋ। ਪਰ ਕਹਿੰਦੇ ਆ ਨਾ, ਹਰ ਕਾਮਯਾਬ ਆਦਮੀ ਦੇ ਪਿੱਛੇ ਕੋਈ ਨਾ ਕੋਈ ਲੁਕੀ ਹੋਈ ਸਟੋਰੀ ਜ਼ਰੂਰ ਹੁੰਦੀ ਹੈ। ਫਿਰ ਬਸ ਇਸ ਪ੍ਰੋਗਰਾਮ ਜ਼ਰੀਏ ਅਸੀਂ ਉਹੀ ਲੁਕੀ ਹੋਈ ਸਟੋਰੀ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਅਤੇ ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਬਲਬੀਰ ਚੋਟੀਆ ਜੀ ਅਤੇ ਜੈਸਮੀਨ ਚੋਟੀਆ ਜੀ। ਸਤਿ ਸ਼੍ਰੀ ਅਕਾਲ ਮੈਮ, ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਹੈ ਜੀ ਚੜ੍ਹਦੀਕਲਾ ਟਾਈਮ ਟੀ ਵੀ ਦੇ ਸਟੂਡੀਓ 'ਚ ਆਉਣ ਦਾ ਤੁਹਾਡਾ। ਥੈਂਕ ਯੂ ਜੀ, ਤੁਹਾਡਾ ਵੀ ਬਹੁਤ ਬਹੁਤ। ਅਤੇ ਸਰ, ਜਿੱਦਾਂ ਮੈਂ ਕਿਹਾ ਕਿ ਸਾਡਾ ਜਿਹੜਾ ਪ੍ਰੋਗਰਾਮ ਹੈਗਾ ਉਹ ਇੱਕ ਸਟਰਗਲਿੰਗ ਸਟੋਰੀ ਉੱਤੇ ਹੈਗੀ ਹੈ ਅਤੇ ਹਰ ਕੋਈ ਸਟਰਗਲ ਕਰਕੇ ਜ਼ਰੂਰ ਆਉਂਦਾ, ਸੰਘਰਸ਼ ਕਰਕੇ ਜ਼ਰੂਰ ਆਪਣੇ ਇੱਕ ਮੁਕਾਮ 'ਤੇ ਪਹੁੰਚਦਾ। ਅਤੇ ਤੁਸੀਂ ਦੋਨੋਂ ਸਿੰਗਰ ਹੋ, ਡਿਊਟ ਸਿੰਗਰ ਹੋ, ਅਤੇ ਤੁਹਾਡੀ ਸਿੰਗਿੰਗ ਦੀ ਸ਼ੁਰੂਆਤ ਕਿੱਦਾਂ ਹੋਈ ਸੀ? ਦੇਖੋ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਮੁਸ਼ਕਲਾਂ ਹੀ ਮਨੁੱਖ ਦਾ ਅਸਲੀ ਜੀਵਨ ਨੇ ਜੀ। ਬਿਲਕੁਲ, ਹਾਂਜੀ। ਅਤੇ ਜਿਹੜਾ ਹੈਗਾ ਇਹ ਰਸਤੇ ਦੇ ਵਿੱਚ ਅਸੀਂ ਜਦੋਂ ਚੱਲੇ ਹਾਂ, ਰੁਕਾਵਟਾਂ ਬਹੁਤ ਆਈਆਂ, ਫਾਈਨੈਂਸ਼ਲੀ ਵੀ, ਪਰਿਵਾਰਕ ਵੀ, ਠੀਕ ਹੈ ਨਾ, ਪਰ ਫਿਰ ਵੀ ਆਖਰ ਨੂੰ ਮੰਜ਼ਿਲਾਂ ਲਾ ਹੀ ਲਈਆਂ ਨੇੜੇ। ਅਤੇ ਹੁਣ ਹਜੇ ਵੀ ਹੈ ਤਾਂ ਸੰਘਰਸ਼ ਹੀ ਚੱਲ ਰਿਹਾ ਨਾ, ਬਿਲਕੁਲ, ਪਰ ਫਿਰ ਵੀ ਚਲੋ ਵਧੀਆ, ਵੀ ਲੋਕਾਂ ਦੇ ਰੂਬਰੂ ਹੋਣਾ, ਵਧੀਆ ਪਿਆਰ ਸਤਿਕਾਰ ਮਿਲ ਰਿਹਾ ਹੈਗਾ। ਜੋ ਡੁਇਟ ਸਿੰਗਰ ਬਣਦੇ ਨੇ ਪਹਿਲਾਂ ਅਲੱਗ ਅਲੱਗ ਗਾਉਂਦੇ ਨੇ, ਤੁਸੀਂ ਇਕੱਠੇ ਗਾਉਣ ਦਾ ਕਦੋਂ ਸੋਚਿਆ ਸੀਗਾ? ਨਹੀਂ, ਪਹਿਲਾਂ ਤਾਂ ਮੈਂ ਅਲੱਗ ਹੀ ਗਾਉਂਦਾ ਰਿਹਾ, ਇਕੱਲਾ ਗਾਉਂਦਾ ਰਿਹਾ। ਉਦੋਂ ਬਾਅਦ ਫਿਰ 2002 ਦੇ ਵਿੱਚ ਇਹਨਾਂ ਨਾਲ ਮੈਰਿਜ ਹੋ ਗਈ। ਅੱਛਾ ਜੀ। ਅਤੇ ਇਹ ਵੀ ਪਰਿਵਾਰਕ ਗਾਇਕ, ਇਹਨਾਂ ਦਾ ਖਾਨਦਾਨੀ ਸਾਰੀ ਗਾਇਕੀ ਹੈਗੀ ਹੈਗੀ। ਅੱਛਾ ਜੀ। ਤਾਂ ਕਰਕੇ ਇਹਨਾਂ ਨਾਲ ਫਿਰ ਸਾਡਾ ਡਿਊਟੀ ਦਾ ਸਿਸਟਮ ਸੈੱਟ ਹੋ ਗਈ। ਅਤੇ ਮੈਮ, ਜਿੱਦਾਂ ਤੁਹਾਨੂੰ ਕਦੀ ਫੈਮਿਲੀ ਪ੍ਰੋਬਲਮ ਨਹੀਂ ਆਈ, ਜਿੱਦਾਂ ਸਰ ਕਹਿ ਰਹੇ ਕਿ ਤੁਹਾਡਾ ਜਿਹੜੀ ਫੈਮਿਲੀ ਹੈ ਉਹੀ ਸਿੰਗਿੰਗ ਲਾਈਨ ਤੋਂ ਆਈ, ਤੁਹਾਨੂੰ ਕਦੀ ਫੈਮਿਲੀ ਪ੍ਰੋਬਲਮ ਨਹੀਂ ਆਈ ਸਿੰਗਿੰਗ ਲਾਈਨ 'ਚ ਲੈ ਕੇ? ਨਹੀਂ ਜੀ, ਕਿਉਂਕਿ ਮੇਰੇ ਪਾਪਾ ਜੀ ਵੀ ਢਾਡੀ ਸੀਗੇ ਔਰ ਦਾਦਾ ਜੀ ਵੀ ਕਵੀਸਰ ਸੀਗੇ ਤੇ ਮੇਰੀ ਸਿਸਟਰ ਵਗੈਰਾ ਵੀ ਧਾਰਮਿਕ ਗਾਉਂਦੇ ਸੀਗੇ ਤੇ ਮੈਨੂੰ ਜ਼ਿਆਦਾ ਨਹੀਂ ਇੱਦਾਂ ਕੋਈ ਪ੍ਰੋਬਲਮ ਹੈ ਇਹਨਾਂ ਨੂੰ। ਇਹਨਾਂ ਨੂੰ ਮੈਰਿਜ ਤੋਂ ਪਹਿਲੇ ਕਿਉਂ ਨਹੀਂ ਸੋਚਿਆ ਕਿ ਮੈਂ ਸਿੰਗਿੰਗ ਕਰਨਾ ਚਾਹੁੰਦੀ? ਕੀ ਕਰਦੇ ਸੀਗੇ? ਕਿਉਂਕਿ ਮੈਂ ਕਹਿਣਾ ਚਾਹੁੰਦੀ ਹਾਂ ਤੁਹਾਨੂੰ ਕਿ ਕੁੜੀਆਂ ਨੂੰ ਨਾ ਪਹਿਲਾਂ ਇੱਦਾਂ ਅੱਗੇ ਨਹੀਂ ਆਉਣ ਦਿੰਦੇ ਸੀਗੇ ਵੀ ਮਤਲਬ ਜਿਵੇਂ ਗਾਇਕੀ ਆ ਸਿੰਗਿੰਗ ਲਾਈਨ 'ਚ ਇਹ ਮਤਲਬ ਗਲਤ ਸਮਝਿਆ ਜਾਂਦਾ ਸੀ। ਹੁਣ ਵੀ ਕੁੜੀਆਂ ਨੂੰ ਤਾਂ ਵੈਸੇ ਜਿਹੜੀ ਸਿੰਗਰ ਕੁੜੀ ਹੁੰਦੀ ਹੈ ਸੱਚ ਬੋਲ ਰਹੀ ਹੈ ਅਤੇ ਉਹਦਾ ਰਿਸ਼ਤਾ ਵੀ ਬਹੁਤ ਘੱਟ ਲੈਂਦੇ ਨੇ। ਅੱਛਾ, ਪਤਾ ਨਹੀਂ ਕਿਉਂ ਸੋਚ ਮਾੜੀ ਹੈਗੀ, ਉਹਨੂੰ ਐਂ ਨਹੀਂ ਦੇਖਦੇ ਉਹ ਕਿੱਥੋਂ ਤੱਕ ਪਹੁੰਚ ਗਈ, ਉਹ ਨਹੀਂ ਵੇਖ ਰਹੇ। ਹੁਣ ਆਪਾਂ ਦੇਖਦੇ ਹਾਂ ਜੀ ਲਤਾ ਜੀ, ਉਹ ਦੇਖੋ ਕਿੰਨੇ ਹੈ ਨਾ, ਅਤੇ ਉਹ ਉਹਦੇ ਕਾਬਲੀਅਤ ਨਹੀਂ ਦੇਖਦੇ ਹੈਗੇ, ਉਹਦੇ ਔਗਣ ਦੇਖ ਦੇਖਣ ਲੱਗ ਜਾਂਦੇ ਆ, ਹਾਨੀ ਜ਼ਿਆਦਾ ਦੇਖਦੇ ਨੇਗੇ। ਬਿਲਕੁਲ। ਜਦੋਂ ਇਹਨਾਂ ਨਾਲ ਮੈਰਿਜ ਹੋਣੀ ਸੀਗੀ ਉਦੋਂ ਤੁਹਾਡੇ ਪਰਿਵਾਰ ਨੂੰ ਕੋਈ ਇਸ਼ੂ ਨਹੀਂ ਸੀਗਾ, ਜਾਂ ਆਫਟਰ ਮੈਰਿਜ ਤੁਸੀਂ ਸਿੰਗਿੰਗ ਗਾਉਣਾ ਸ਼ੁਰੂ ਕੀਤਾ ਤਾਂ ਕੋਈ ਇਸ਼ੂ ਨਹੀਂ ਸੀਗਾ? ਨਹੀਂ ਨਹੀਂ, ਉਹਨਾਂ ਨੂੰ ਨਹੀਂ ਸੀ, ਕਿਉਂਕਿ ਇਹਨਾਂ ਨਾਲ 2001 'ਚ ਅਸੀਂ ਸਟੇਜ ਸ਼ੋਅ ਕਰਨ ਲੱਗੇ ਅਤੇ ਉਦੋਂ ਬਾਅਦ ਸਾਡੀ ਮੈਰਿਜ ਹੋ ਗਈ ਅਤੇ ਪੱਕਾ ਹੀ ਸੈੱਟ ਬਣ ਗਿਆ। ਹਾਂਜੀ। ਤੁਹਾਡੇ ਦੋਨਾਂ ਦਾ ਇਕੱਠਾ ਜਿਹੜਾ ਪਹਿਲਾ ਗਾਣਾ ਆਇਆ ਸੀ ਉਹ ਮੈਂ ਸੁਣਨਾ ਚਾਹੂੰਗੀ। ਪਹਿਲਾ ਗੀਤ ਸਾਡਾ? ਹਾਂਜੀ, ਅਗਰ ਯਾਦ ਹੋਵੇ। ਹਾਂਜੀ ਹਾਂਜੀ, ਯਾਦ ਆ ਜੀ ਸਾਰੇ, ਕਿਉਂਕਿ ਕਲਾਕਾਰਾਂ ਦਾ ਤਾਂ ਕੰਮ ਹੀ ਹੁੰਦਾ ਹੈ ਨਾ, ਪਹਿਲਾ ਤਾਂ ਬਿਲਕੁਲ ਹੀ ਯਾਦ ਰਹਿੰਦਾ ਹਮੇਸ਼ਾ ਹੀ। ਜੀ ਜੀ, ਪਹਿਲਾ ਗੀਤ ਅਸੀਂ ਮਿਰਜ਼ਾ ਗਾਇਆ ਸੀ। ਹਾਂਜੀ ਹਾਂਜੀ, ਮਿਰਜ਼ਾ ਜੁੜ ਸਾਈਏ ਤੇਰੇ ਯਾਰ ਦਾ ਆਖਰੀ ਮੇਲਾ, ਤੇਰੇ ਯਾਰ ਦਾ ਆਖਰੀ ਮੇਲਾ, ਤੇਰੇ ਯਾਰ ਦਾ ਓ ਯਾਰ ਦਾ ਆਖਰੀ ਮੇਲਾ, ਪਾ ਦੇ ਗਲ ਬਾਹਾਂ ਜੱਟੀਏ ਹਾਰਨੀ ਹਾਰਨੀ, ਉਹ ਕਰ ਲੈ ਪਿਆਰ ਰੱਜ ਕੇ ਜਾਂਦੀ ਵਾਰਨੀ, ਤੈਨੂੰ ਮਾਰੀਆਂ ਯਾਰ ਵੀ ਹਾਕਾਂ, ਤੈਨੂੰ ਮਾਰੀਆਂ ਮਾਰੀਆਂ ਯਾਰ ਵੀ ਹਾਕਾਂ, ਤੱਤੜੀ ਦੀ ਇੱਕ ਨਾ ਸੁਣੀ ਯਾਰ ਵੀ ਯਾਰ ਵੀ, ਤੂੰ ਰੋਹੀ ਵਿੱਚ ਛੱਡ ਚੱਲਿਆ ਹੈ ਗੂੜਾ ਪਿਆਰ ਵੀ, ਹੈ ਗੂੜਾ ਪਿਆਰ ਵੀ, ਹੈ ਗੂੜਾ ਪਿਆਰ ਵੀ। ਕਿਆ ਬਾਤ ਹੈ, ਉਨਾ ਹੀ ਗੂੜਾ ਪਿਆਰ ਮੈਨੂੰ ਤੁਹਾਡੇ ਦੋਨਾਂ 'ਚ ਦਿਖ ਰਿਹਾ। ਵੈਸੇ ਤੁਸੀਂ ਦੋਨਾਂ ਨੇ ਮੈਚਿੰਗ ਕੀਤੀ ਹੋਈ ਹੈ, ਹਰ ਵਾਰੀ ਮੈਚਿੰਗ ਕਰਦੇ ਹੋ ਕਿੱਥੇ ਪ੍ਰੋਗਰਾਮ 'ਚ ਜਾਂਦੇ ਹੋ ਕਿ? ਹਾਂਜੀ, ਇਹ ਤਾਂ ਤਕਰੀਬਨ ਜ਼ਿਆਦਾ ਮੈਚਿੰਗ ਹੀ ਹੁੰਦੀ ਹੈ, ਵੈਸੇ ਕਦੇ ਕਦੇ ਭਾਵੇਂ ਕੋਈ ਸਾਲ ਦਾ ਫਰਕ ਕਿੰਨੀ ਕੁ ਗਾਇਕੀ ਚੇਂਜ ਆਇਆ? ਦੇਖੋ ਜੀ, ਚੇਂਜ ਤਾਂ ਵਰਲਡ ਵਿੱਚ ਵੀ ਆ ਗਿਆ,
ਸਰੋਤਿਆਂ ਚ ਵੀ ਆ ਗਿਆ, ਮਿਊਜ਼ਿਕ ਚ ਵੀ ਆ ਗਿਆ, ਮਿਊਜ਼ਿਕ ਚ ਵੀ ਆ ਗਿਆ, ਸਾਰਾ ਕੁਝ ਚੀਜ਼ ਤਾਂ ਕਾਫੀ ਕੁਝ ਹੋਇਆ ਜੀ। ਉਹ ਵਧੀਆ ਸੀ ਕਿ ਇਹ ਵਧੀਆ ਚੱਲ ਰਿਹਾ? ਨਹੀਂ ਮੈਂ ਤਾਂ ਕਹਿੰਦਾ ਦੇਖੋ ਜਿਸ ਤਰ੍ਹਾਂ ਸ਼ੁਰੂ ਕੀਤਾ ਸਾਨੂੰ ਤਾਂ ਉਹੀ ਵਧੀਆ ਲੱਗਦਾ ਵੀ ਉਹ ਵਧੀਆ ਸੀ। ਮੈਮ ਅਗਰ ਗੱਲ ਕਰੀਏ ਸਰ ਨੇ ਜਿੱਦਾਂ ਦੱਸਤਾ ਪੁਰਾਣੇ ਅਤੇ ਅੱਜ ਦੇ ਸਿੰਗਿੰਗ ਬਾਰੇ, ਅਤੇ ਤੁਸੀਂ ਤੁਹਾਡਾ ਕੀ ਕਹਿਣਾ ਇਹਦੇ ਉੱਤੇ? ਅੱਜ ਦੇ ਸਿੰਗਿੰਗ ਬਾਰੇ ਮੇਰਾ ਕਹਿਣਾ ਕਿ ਵੀ ਵਧੀਆ ਵਧੀਆ ਸੌਂਗ ਆਇਆ ਕਰਨ, ਕਿ ਅੱਛੇ ਸੌਂਗ ਆਇਆ ਕਰਨ ਜਿਹੜੇ ਜਿਹੜੇ ਸੌਂਗ ਵਿੱਚ ਕੋਈ ਮੈਸੇਜ ਹੋਵੇ। ਠੀਕ ਹੈ, ਮੈਂ ਤਾਂ ਇਹ ਕਹਿੰਦੀ ਹਾਂ ਕਿ ਸੱਭਿਆਚਾਰਕ ਜਿਹੜੀ ਆਪਣੀ ਮਾਂ ਬੋਲੀ ਆ ਨਾ ਉਹਨੂੰ ਵਿਗਾੜਨ ਨਾ, ਅਤੇ ਅੱਛੇ ਸੌਂਗ ਆਇਆ ਕਰਨ ਜਿਹਦੇ ਵਿੱਚ ਰਿਸ਼ਤੇ ਹੋਣ। ਅਤੇ ਪਰ ਇਹ 'ਚ ਮੈਂ ਕਹਿਣਾ ਚਾਹੂੰਗੀ ਜਿਹੜੇ ਟ੍ਰੈਂਡਿੰਗ ਸੌਂਗ ਚੱਲਦੇ ਨੇ, ਟ੍ਰੈਂਡਿੰਗ ਨੰਬਰ 1-2, ਜ਼ਰੂਰੀ ਨਹੀਂ ਹੈ ਕਿ ਅੱਛੇ ਸ਼ਬਦ ਹੀ ਯੂਜ਼ ਕੀਤੇ ਜਾਂਦੇ, ਇੱਦਾਂ ਕਿਉਂ? ਫਿਰ ਉਹ ਟ੍ਰੈਂਡਿੰਗ 'ਤੇ ਕਿਉਂ ਚੱਲਦੇ ਨੇ? ਉਹ ਬਸ ਕਹਿੰਦੇ ਹੁੰਦੇ ਆ ਉਹ ਥੋੜੇ ਚਿਰ ਦੇ ਹੁੰਦੇ ਆ, ਐਵੇਂ ਕਹਿੰਦੇ ਹੁੰਦੇ ਆ ਜਿਹਨਾਂ ਚਿਕਰ ਟੀਵੀ ਤੇ ਹੁੰਦੇ ਨੇ ਜੀ, ਜਿਵੇਂ ਐਡ ਚੱਲੀ ਜਾਂਦੀ ਆ, ਉਮਰ ਬਹੁਤ ਛੋਟੀ ਹੁੰਦੀ ਆ, ਜਿਹੜੇ ਹੁੰਦੇ ਨੇ ਲੋਕ ਤੱਤ ਹੋ ਗਏ, ਜਿਹੜੇ ਜਿਹੜੇ ਰਿਸ਼ਤੇ ਹੁੰਦੇ ਗੀਤਾਂ 'ਚ, ਉਹ ਮੀਲ ਪੱਥਰ ਹੁੰਦੇ ਨੇ। ਹੁਣ ਦੇਖੋ ਜੀ, ਮੈਂ ਇੱਕ ਗੀਤ ਗਾਇਆ ਸੀਗਾ ਜਿਹੜਾ ਸੁਪਰ ਡੁਪਰ ਹਿੱਟ ਰਿਹਾ ਮੇਰਾ, ਮਾਂ ਬੋਰਡ ਦੀ ਛਾਂ, ਉਹਦੀ ਕਿੱਡੀ ਵੱਡੀ ਉਮਰ ਹੈ, 25 ਸਾਲ ਹੋ ਗਏ ਉਹਨੂੰ, ਪਰ ਹੁਣ ਵੀ ਉਹ ਲੋਕ ਸੁਣਦੇ ਆ। ਤੇ ਹੋ ਜਾਏ ਸਰ, ਪਹਿਲਾਂ ਵੀ ਉਸੇ ਗਾ ਸੀ, ਦੁਬਾਰਾ ਗਾ ਦਿੰਦੇ ਆਪਾਂ। ਚਲੋ ਇਹ ਤਾਂ ਮੈਂ ਪਹਿਲਾਂ ਗਾ ਦਾ, ਮੈਂ ਹੋਰ ਸੁਣਾਉਂਦਾ ਮਾਂ ਨਾਲ। ਜ਼ਰੂਰ ਜ਼ਰੂਰ। ਹਾਂ ਵੀ ਕਈ ਮਤਰੀਆਂ ਮਾਵਾਂ ਜਿਹੜੀਆਂ ਉਹਨਾਂ ਦਾ ਜਿਹੜਾ ਬਿਹੇਵ ਹੁੰਦਾ ਬੱਚਿਆਂ ਦਾ, ਕਈਆਂ ਦਾ, ਸਾਰੀਆਂ ਦਾ ਨਹੀਂ ਮੈਂ ਕਹਿੰਦਾ, ਕੁਝ ਸਾਰੀਆਂ ਹੁੰਦੀਆਂ ਨੇ, ਕੁਝ ਇੱਦਾਂ ਦੀਆਂ, ਉਹਨਾਂ ਦਾ ਗੀਤ ਹੈਗਾ ਮੇਰਾ ਇੱਕ। ਹੋ ਜੰਡ ਕਰੀਰ ਨਹੀਂ ਕਰ ਸਕਦੇ ਕਦੇ ਬੋੜਾਂ ਵਰਗੀ ਛਾਂ, ਜੰਡ ਕਰੀਰ ਨਹੀਂ ਕਰ ਸਕਦੇ ਕਦੇ ਬੋੜਾਂ ਵਰਗੀ ਛਾਂ, ਓਏ ਮਾਂ ਵਰਗੀ ਨਹੀਂ ਬਣ ਸਕਦੀ ਜੋ ਹੈ ਮਤਰੇਈ ਮਾਂ, ਖਾਰੇ ਖੂਹ ਨਾ ਹੋਵਣ ਮਿੱਠੇ ਲਖਮਣ ਗੁੜਜੇ ਪਾਈਏ, ਅੱਖਾਂ ਨੂੰ ਕਦੇ ਅੰਬ ਨਹੀਂ ਲੱਗਦੇ ਭਾਵੇਂ ਪਿਉਂਦ ਚੜਾਈਏ, ਓਏ ਕੋਲ ਦੀ ਮਿੱਠੀ ਬੋਲੀ ਬੋਲ ਨਹੀਂ ਸਕਦੇ ਕਾਲੇ ਕਾਂ, ਕੋਲ ਦੀ ਮਿੱਠੀ ਬੋਲੀ ਬੋਲ ਨਹੀਂ ਸਕਦੇ ਕਾਲੇ ਕਾਂ, ਜੰਡ ਕਰੀਰ ਨਹੀਂ ਕਰ ਸਕਦੇ ਕਦੇ ਬੋੜਾਂ ਵਰਗੀ ਛਾਂ, ਮਾਂ ਵਰਗੀ ਨਹੀਂ ਹੋ ਸਕਦੀ ਜੋ ਹੈ ਮਤਰੇਈ ਮਾਂ। ਕਿਆ ਬਾਤ ਹੈ, ਕਿਆ ਬਾਤ, ਬਹੁਤ ਸਹੀ, ਬਹੁਤ ਸਹੀ ਸਰ। ਮਾਂ ਤਾਂ ਹੀ ਆਉਂਦੇ, ਮਾਂ ਦੀ ਵੈਲਿਊ ਸਾਡੀ ਲਾਈਫ 'ਚ ਬਹੁਤ ਹੀ ਜ਼ਿਆਦਾ ਹੁੰਦੀ। ਮਾਂ ਦੇ ਮਤਲਬ ਮੈਂ ਜੋ ਕਹਿੰਦੀ ਹਾਂ, ਮੈਂ ਚਲੀ ਜਾਵਾਂ ਪਹਿਲੇ ਮੇਰੀ ਮਾਂ ਨਾ ਜਾਵੇ, ਸਹੀ ਗੱਲ। ਹਮੇਸ਼ਾ ਮੈਂ ਇਹੀ ਕਹਿੰਦੀ ਹੁੰਦੀ ਹਾਂ ਕਿ ਮਾਂ ਸਭ ਕੁਛ ਹੈਗੀ ਹੈ। ਬਿਲਕੁਲ ਜੀ ਜੀ। ਬੰਦੇ ਕੋਲ ਟੈਲੈਂਟ ਹੁੰਦਾ ਹੈ, ਟੈਲੈਂਟ ਛੁੱਟ ਜਾਏ ਦੁਬਾਰਾ ਆ ਜਾਂਦਾ, ਕੋਈ ਨਾ ਕੋਈ ਚੀਜ਼ ਦੁਬਾਰਾ, ਪੈਸਾ ਚਲਾ ਜਾਏ ਦੁਬਾਰਾ ਆ ਜਾਏਗਾ, ਮਾਂ ਨਹੀਂ ਜਾਣੀ ਚਾਹੀਦੀ। ਹਾਂਜੀ ਸਹੀ ਗੱਲ ਹੈ ਜੀ, ਮਾਂ ਚੱਲ ਜਾਂਦੀ ਹੈ ਵਾਪਸ ਨਹੀਂ ਆਉਂਦੀ, ਵਾਪਸ ਨਹੀਂ। ਜਿਹੜੀ ਚੱਲ ਜਾਂਦੀ ਹੈ, ਜਿਹਨਾਂ ਨੇ ਮਾਂ ਬਾਪ ਚੱਲ ਜਾਂਦੇ ਉਹਨਾਂ ਨੂੰ ਪੁੱਛ। ਕਿਸੇ ਨੇ ਲਿਖਿਆ ਵੀ ਕਿੰਨਾ ਘੈਂਟ ਹੈ ਜੀ, ਕਹਿੰਦਾ ਕੱਲ੍ਹ ਜਿੰਨਾ ਰੁੱਖਾਂ ਦੀਆਂ ਹੱਥੀਂ ਛਾਂਗਲੀਆਂ ਸਨ ਟਹਿਣਾ, ਅੱਜ ਉਹਨਾਂ ਹੀ ਰੁੱਖਾਂ ਦੇ ਮੈਨੂੰ ਯਾਦ ਆਉਂਦੇ ਪਰਛਾਵੇਂ, ਉਮਰਾਂ ਦੀ ਝੋਲੀ ਦੇ ਵਿੱਚੋਂ ਸਭ ਕੁਝ ਕਿਰਦਾ ਜਾਂਦਾ, ਕਿੱਥੋਂ ਕਿੱਥੋਂ ਸਿਉਵਾਂ ਇਹਨੂੰ ਛੇਕ ਪਏ ਹਰਤਾਂ ਨੇ। ਜਦੋਂ ਮਾਂ ਨਹੀਂ ਹੁੰਦੀ ਕੋਈ ਪਾਰਟੀ ਬਣਾਉਣ ਵੀ ਨਹੀਂ ਸਿਉਂਦਾ, ਦਿਲ ਸਿਉਣੇ ਬਹੁਤ ਹੁੰਦੇ ਆ। ਕਿਆ ਬਾਤ ਹੈ, ਕਿਆ ਬਾਤ ਹੈ। ਅਤੇ ਮੈਮ ਤੁਸੀਂ ਕੋਈ ਗੀਤ ਗਾਉਣਾ ਚਾਹੁੰਦੇ ਹੋ ਅਤੇ ਆਪਣੀ ਮਨਪਸੰਦ ਦਾ ਛੁੱਟ ਦਿੱਤੀ ਤੁਹਾਨੂੰ? ਠੀਕ ਹੈ। ਪੈਰਾਂ ਦੇ ਵਿੱਚ ਪਾ ਕੇ ਝਾਂਜਰਾਂ ਫਿਰਦੀ ਕਲੋਲਾਂ ਕਰਦੀ, ਪੈਰਾਂ ਦੇ ਵਿੱਚ ਪਾ ਕੇ ਝਾਂਜਰਾਂ ਫਿਰਦੀ ਕਲੋਲਾਂ ਕਰਦੀ, ਵੇ ਜੁੱਤੀ ਜਰਕੇ ਹਾਣ ਦਿਆ ਜਦੋਂ ਮੈਂ ਪੈਰ ਮੜਕ ਨਾਲ ਤਰਦੀ, ਵੇ ਜੁੱਤੀ ਜਰਕੇ ਹਾਣ ਦਿਆ ਜਦੋਂ ਮੈਂ ਪੈਰ ਮੜਕ ਨਾਲ ਤਰਦੀ, ਵੇ ਜੁੱਤੀ ਜਰਕੇ ਹਾਣ ਦਿਆ ਨੋਕਾਂ ਵਾਲੀ ਜੁੱਤੀ ਦੇ ਨਾਲ ਸੂਟ ਪੰਜਾਬੀ ਜੱਚਦਾ ਵੀ, ਸੂਟ ਪੰਜਾਬੀ ਜੱਚਦਾ ਵੀ, ਹੌਂਕੇ ਭਰਦਾ ਰਹਿ ਜੇ ਗੱਭਰੂ ਜੂ ਮੇਰੀ ਬਲ ਤੱਕਦਾ ਵੀ, ਜੂ ਮੇਰੀ ਬਲ ਤੱਕਦਾ ਵੀ, ਅੱਖੀਆਂ ਦੀ ਬੇਮਾਰ ਦੁਨਾਲੀ ਰਫੁਲ ਦੇ ਵਾਂਗੂ ਵਰਦੀ, ਵੇ ਜੁੱਤੀ ਜਰਕੇ ਹਾਣ ਦਿਆ ਜਦੋਂ ਮੈਂ ਪੈਰ ਮੜਕ ਨਾਲ ਤਰਦੀ, ਵੇ ਜੁੱਤੀ ਜਰਕੇ ਹਾਣ ਦਿਆ ਜਦੋਂ ਮੈਂ ਪੈਰ ਮੜਕ ਨਾਲ ਤਰਦੀ, ਵੇ ਜੁੱਤੀ ਜਰਕੇ ਹਾਣ ਦਿਆ। ਕਿਆ ਬਾਤ ਹੈ, ਅਗਰ ਇਹ ਸ਼ੋਅ ਨਾ ਹੁੰਦਾ ਮੈਂ ਨੱਚਣਾ ਸ਼ੁਰੂ ਕਰ ਦੇਣਾ ਸੀ। ਸਹੀ ਗੱਲ ਹੈ ਜੀ। ਅਤੇ ਆਈ ਜੁੱਤੀ ਅਤੇ ਪਾਇਲ ਝਾਂਜਰਾ 'ਤੇ ਆਉਂਦੇ ਹਾਂ, ਸਾਡੀ ਕੁੜੀਆਂ ਦੀ ਕਿੰਨੀ ਹਾਰ ਸ਼ਿੰਗਾਰ ਕਰਨਾ, ਕਹਿੰਦਾ ਨਾ ਸਾਰੇ ਮੈਨੂੰ ਪੁੱਛਦੇ ਕਿਉਂ ਮੇਕਅਪ ਕਰਦੇ, ਤੁਹਾਨੂੰ ਪੁੱਛਦੇ ਹੋਣੇ ਕਿਉਂ ਨੈਚੁਰਲ ਬਿਊਟੀ ਰੋ, ਪਰ ਮੈਂ ਕਹਿੰਦੀ ਹਾਂ ਮੇਰਾ ਜਨਮ ਸਿੱਧ ਅਧਿਕਾਰ ਹੈਗਾ ਮੇਕਅਪ ਕਰਨਾ, ਹਾਰ ਸ਼ਿੰਗਾਰ ਕਰਨਾ, ਹਰ ਕੁੜੀ ਦਾ ਅਧਿਕਾਰ ਹੁੰਦਾ ਕਿਉਂਕਿ ਜ਼ਰੂਰੀ ਵੀ ਹੈ ਕਿੱਥੇ ਨਾ ਕਿੱਥੇ ਅੱਜ ਦੇ ਜ਼ਮਾਨੇ ਦੇ ਨਾਲ। ਠੀਕ ਹੈ, ਅਤੇ ਹੋਰ ਕੁਛ ਤੁਸੀਂ ਅੱਜ ਦੇ ਯੂਥ ਨੂੰ ਜਿਹੜੇ ਸਿੰਗਿੰਗ ਲਾਈਨ 'ਚ ਆਉਣਾ ਚਾਹੁੰਦੇ ਆ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਕਿ ਕਿੱਦਾਂ ਉਹ ਸਿੰਗਿੰਗ ਲਾਈਨ 'ਚ ਆਉਣ, ਕਿਉਂਕਿ ਹਰ ਕੋਈ ਸ਼ਾਰਟਕੱਟ ਅਪਣਾਉਂਦਾ ਕਿ ਆਪਾਂ ਇੱਕ ਦੋ ਗਾਣੇ ਜਿੱਦਾਂ ਸਿਰਫ ਉਹਦੇ ਹੀ ਜਿੱਦਾਂ ਤੁਹਾਡੇ ਗਾਣੇ ਗਾ ਲਿਆ, ਠੀਕ ਆ ਉਹਨੂੰ ਲੱਗਾ ਮੈਂ ਸਿੰਗਰ ਬਣ ਗਿਆ। ਯੂਥ ਨੂੰ ਇੱਕੋ ਹੀ ਗੱਲ ਕਹਿਣੀ ਚਾਹੁੰਦੇ ਆ ਜੀ, ਵੀ ਪੈਸਾ ਖਰਾਬ ਨਾ ਕਰਨ, ਸਿੱਖ ਕੇ ਆਉਣ ਥੋੜ੍ਹਾ ਬਹੁਤਾ, ਠੀਕ ਹੈ ਜੀ, ਅਤੇ ਜੇ ਉਸ ਕੰਮ ਦੀ ਆਊਟਪੁੱਟ ਆਉਂਦੀ ਹੈ ਤਾਂ ਜ਼ਰੂਰ ਉਸ ਕੰਮ ਦੀ ਰਸਤੇ ਤੁਰ ਪੈਣ, ਨਹੀਂ ਮਾਂ ਪਿਓ ਨੂੰ ਇਸ ਗੱਲ ਦੇ ਵਿੱਚ ਘੱਟੋ ਘੱਟ, ਕਿਉਂਕਿ ਖਰਚਾ ਬਹੁਤ ਹੋ ਗਿਆ, ਮਹਿੰਗਾ ਬਹੁਤ ਹੋ ਗਿਆ ਅੱਜ ਕੱਲ੍ਹ ਸੰਗੀਤ ਦਾ ਕੰਮ, ਸਿੰਗਿੰਗ ਦਾ ਕੰਮ ਜ਼ਿਆਦਾ ਮਹਿੰਗਾ ਹੋ ਗਿਆ, ਵੀ ਸੋਚ ਸਮਝ ਕੇ ਅਤੇ ਸਿੱਖ ਕੇ ਆਉਣ ਅਤੇ ਵਧੀਆ ਸ਼ਬਦਾਵਲੀ ਵਰਤਣ ਦਾ। ਤੁਸੀਂ ਕੁਛ ਕਹਿਣਾ ਚਾਹੁੰਦੇ?
ਬਸ ਜੀ, ਚੋਟੀਆ ਜੀ ਨੇ ਬੋਲ ਦਿੱਤਾ, ਇਹੀ ਹੈ ਕਹਿੰਦੇ ਹੁੰਦੇ ਆ ਕਿ ਵਧੀਆ ਸਿੱਖ ਕੇ ਆਉਣ ਅਤੇ ਵਧੀਆ ਸੌਂਗ ਗਾਉਣ। ਬਸ ਮੈਂ ਤਾਂ ਇਹੀ ਕਹਿੰਦੀ ਹਾਂ, ਵਧੀਆ ਸੌਂਗ ਗਾਉਣ ਜਿਹਦੇ 'ਚ ਪਰਿਵਾਰਕ ਗੀਤ, ਪਰਿਵਾਰਕ ਬਹਿ, ਪਰਿਵਾਰ ਬਹਿ ਕੇ ਸੁਣ ਸਕੇ। ਬਸ ਇੱਦਾਂ ਦੇ ਵੀਡੀਓ ਵੀ ਇੱਦਾਂ ਦੇ ਬਣਾਉਣ ਜਿਹੜੇ ਆਪਣੇ ਬੱਚੇ ਹੈਗੇ ਉਹਦੇ 'ਤੇ ਪ੍ਰਭਾਵਕ ਹੋਣ, ਅਸੀਂ ਵੀ ਇੱਦਾਂ ਦੇ ਬਣੀ, ਉਸ ਤੋਂ ਕੁਛ ਸਿੱਖਣ। ਹਾਂਜੀ, ਉਹਨਾਂ ਨੇ ਇੱਦਾਂ, ਕਿਉਂਕਿ ਆਪਾਂ ਜੋ ਦਿਖਾਵਾਂਗੇ ਉਹੀ ਸਿੱਖਣ। ਹਾਂਜੀ, ਉਹੀ ਸਿੱਖਣਗੇ ਜੀ, ਕਿਉਂਕਿ ਬੱਚੇ ਇੱਕ ਕੋਰਾ ਕਾਗਜ਼ ਜਿੱਦਾਂ ਆਪਾਂ ਢਾਲਾਂਗੇ ਉਹਦੀ ਢਾਲ ਜਾਂਦੀ, ਬਿਲਕੁਲ। ਅਤੇ ਇਹ ਤਾਂ ਚੀਜ਼ਾਂ ਆਮ ਨੇ ਜ਼ਿੰਦਗੀ 'ਚ, ਗਾਣਾ ਆਪਾਂ ਤੁਰਦੇ ਤੁਰਦੇ ਹੀ ਗਾਣਾ ਸ਼ੁਰੂ ਕਰ ਦਿੰਦੇ ਹਾਂ ਅਤੇ ਉਹੀ ਚੀਜ਼ਾਂ ਮੂੰਹ 'ਤੇ ਚੜ ਜਾਂਦੀਆਂ, ਬਿਲਕੁਲ। ਥੈਂਕ ਯੂ ਸੋ ਮੱਚ, ਅਤੇ ਹੁਣ ਉੱਥੋਂ ਆ ਰਿਹਾ ਵਾਇੰਡ ਅਪ, ਟਾਈਮ ਪੂਰਾ ਹੋ ਗਿਆ। ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਅੱਛਾ ਲੱਗਾ ਮੈਨੂੰ, ਅਤੇ ਤੁਹਾਡੀ ਜੋੜੀ ਇੱਦਾਂ ਹੀ ਬਣੀ ਰਹੇ, ਅਤੇ ਥੈਂਕ ਯੂ ਸੋ ਮੱਚ ਤੁਸੀਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਸਟੂਡੀਓ 'ਚ ਆਏ। ਥੈਂਕ ਯੂ, ਧੰਨਵਾਦ। ਤੋ ਇਹ ਸੀ ਸਾਡੇ ਨਾਲ ਜੈਸਮੀਨ ਚੋਟੀਆ ਜੀ ਅਤੇ ਬਲਬੀਰ ਚੋਟੀਆ ਜੀ, ਦੁਬਾਰਾ ਹਾਜ਼ਰ ਹੋਵਾਂਗੇ ਨਵੇਂ ਸਿੰਗਲ ਦੇ ਨਾਲ। ਤਦ ਤੱਕ ਲਈ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ, ਅਤੇ ਮੈਨੂੰ ਯਾਨੀ ਕਿ ਹਲੀਨ ਸਾਨੀ ਨੂੰ ਦੋ ਇਜਾਜ਼ਤ। ਸਤਿ ਸ਼੍ਰੀ ਅਕਾਲ।